ਸਭ ਤੋਂ ਵਧੀਆ ਉਹ ਚੱਲੇ ਹੋ। ਹਾਂਜੀ ਜੀ ਜੀ ਧਾਨ ਦਿਖਾਓ ਜ਼ਰਾ ਬਾਬਾ ਜੀ, ਆ ਜੀ ਧਾਨ ਅਤੇ ਇੱਧਰ ਜੀ ਤੁਸੀਂ ਖੇਤ ਦੇਖੋਗੇ ਤਾਂ ਖੇਤ ਦਿਖਾਓ ਜ਼ਰਾ। ਆਓ ਜੀ ਹੁਣ ਕਰਦੇ ਹਾਂ ਜੀ ਧਾਨ ਦੀ ਫਸਲ ਦੀ ਕਟਾਈ।
ਟਰਾਲੀ ਦੇ ਵਿੱਚ ਪਾ ਲਿਆ, ਮਸ਼ੀਨ ਮਦਦ ਨਾਲ ਕਟਾਈ ਕੀਤੀ ਗਈ ਅਤੇ ਵਿੱਚ ਪਾ ਲਿਆ ਵਾ ਟਰਾਲੀ ਦੇ, ਆਹ ਮੌਜੂਦ ਹੈਗਾ ਜੀ ਥਾਂ ਇੱਧਰ। ਪਕਾਏ ਜਾਂਦੇ ਆ ਬਿਰਿਆਨੀ ਪੁਲਾਓ ਸਾਰਾ ਕੁਛ ਜੋ ਕੁਛ ਬਣਦਾ ਵਾ ਇਸ ਥਾਂ ਦੇ ਨਾਲ ਬਣਾਇਆ ਜਾਂਦਾ ਵਾ। ਇੱਦਾਂ ਇਸ ਤਰੀਕੇ ਨਾਲ ਥਾਂ ਦੀ ਫਸਲ ਤਿਆਰ ਕੀਤੀ ਜਾਂਦੀ ਆ। ਬਹੁਤ ਮਿਹਨਤ ਵਾਲੀ ਫਸਲ ਹੁੰਦੀ ਆ, ਤਕਰੀਬਨ ਹਫ਼ਤੇ 'ਚ ਕਮ ਸੇ ਕਮ 3-4 ਵਾਰੀ ਪਾਣੀ ਲੱਗਦਾ ਵਾ ਅਤੇ ਬਿਲਕੁਲ ਪਾਣੀ ਦੇ ਵਿੱਚ ਜੀ ਇਹ ਫਸਲ ਤਿਆਰ ਕੀਤੀ ਜਾਂਦੀ ਆ। ਬਹੁਤ ਪਾਣੀ ਲੈਂਦੀ ਇਹ ਫਸਲ ਅਤੇ ਹੁਣ ਜੀ ਤਕਰੀਬਨ ਤਿਆਰ ਹੋ ਗਈ ਆ, ਹੁਣ ਫਸਲਾਂ ਦੀ ਕਟਾਈ ਹੋਣਾ ਸਟਾਰਟ ਹੋ ਗਈ। ਹਾਂਜੀ ਜੀ ਮੇਰੀ ਪਿਆਰੀ ਜੀ ਯੂਟਿਊਬ ਫੈਮਿਲੀ ਕਿੱਦਾਂ ਦਾ ਲੱਗਿਆ ਜੀ ਤਾਂ ਫਿਰ ਆਓ ਜ਼ਰੂਰ